ਜਦੋਂ ਅਸੀਂ ਬੈਨ ਤੋਂ ਅਸੀਂ ਜਦੋਂ ਸਕੂਲ 'ਚ ਚੱਲਣ ਲੱਗੇ ਸੀਗੇ, ਮੈਂ ਸਾਰਿਆਂ ਨੂੰ ਕਿਹਾ ਸੀ ਸਰ ਸਮੈਲ ਆ ਰਹੀ ਹੈ, ਕਿਸੇ ਨੇ ਕੋਈ ਗੱਲ ਨਹੀਂ ਸੁਣੀ, ਥੋੜ੍ਹੀ ਜਿਹੀ ਅੱਗੇ ਗਏ ਆਵਾਜ਼ ਜ਼ਿਆਦਾ ਆਉਣ ਲੱਗ ਗਈ ਬੈਨ ਦੀ, ਮੈਂ ਸ਼ੀਸ਼ਾ ਭੰਨ ਕੇ ਜਲਦੀ ਜਲਦੀ ਥੋੜ੍ਹਾ ਜਿਹਾ ਸ਼ੀਸ਼ਾ ਭੰਨਿਆ ਗਿਆ, ਉਹਦੇ ਵਿੱਚੋਂ ਮੈਂ ਆਪ ਨਿਕਲੀ, ਫਿਰ ਚਾਰ ਬੱਚਿਆਂ ਨੂੰ ਮੈਨੇ ਕੱਢਿਆ, ਫਿਰ ਜ਼ਿਆਦਾ ਅੱਗ ਹੋ ਗਈ, ਬਾਕੀਆਂ ਦਾ ਨਹੀਂ ਪਤਾ ਲੱਗਿਆ। ਇਹ ਕੁੱਲ ਬੈਨ ਦੇ ਵਿੱਚ 12 ਬੱਚੇ ਸੀਗੇ, 4 ਬੱਚੇ ਗੁੱਡੀ ਨੇ ਕੱਢੇ ਨੇ, 4 ਬੱਚੇ ਕਿਸੇ ਹੋਰ ਬੰਦੇ ਨੇ ਕੱਢੇ ਨੇ। ਇਸ ਚੀਜ਼ ਦਾ ਸਾਨੂੰ ਵੀ ਮਾਣ ਬਹੁਤ ਹੈ ਜੀ, ਨਕਲ ਤਾਂ ਕੁੜੀਆਂ ਧੀਆਂ ਨੂੰ ਪੜ੍ਹਾਉਣਾ ਲਿਖਾਉਣਾ ਤਾਂ ਬਹੁਤ ਜ਼ਰੂਰੀ ਚਾਹੀਦਾ ਜੀ। ਵੈਸੇ ਡਰਾਈਵਰ ਦੀ ਵੀ ਬਹੁਤ ਗਲਤੀ ਹੈ, ਜਦੋਂ ਕੁੜੀ ਨੇ ਦੱਸਤਾ ਬਸ ਸਮੈਲ ਆਉਂਦੀ ਵੀ ਇਹ ਖੜਾਕ ਆ ਗਿਆ, ਗੱਡੀ ਦੇਖਣੀ ਚਾਹੀਦੀ ਸੀ, ਪ੍ਰਿੰਸੀਪਲ ਨੂੰ ਵੀ ਦੇਖਣਾ ਚਾਹੀਦਾ ਸੀ ਆਪਣੇ ਆਪ। ਅੱਜ ਜਿਹੜੀ ਆਹ ਲੜਕੀ ਨੇ ਸਾਡੀ ਬੱਚੀ ਨੇ ਅਮਨਦੀਪ ਕੌਰ ਨੇ 4 ਬੱਚੇ ਮੱਛ ਦੀ ਅੱਗ 'ਚੋਂ ਖਿੱਚ ਕੇ ਬਾਹਰ ਕੱਢੇ, ਪਹਿਲਾਂ ਆਪ ਚੀਛਾ ਭੰਨ ਕੇ ਬਾਹਰ ਨਿਕਲੀ, ਇਸ ਲੜਕੀ 'ਤੇ ਸਾਨੂੰ ਬਹੁਤ ਮਾਣ ਹੈ। ਸਾਨੂੰ ਵੀ ਸਾਡੇ ਜਵਾਕਾਂ ਨਾਲ ਇਹ ਕੁਛ ਹੋਊਗਾ, ਸਵੇਰੇ ਐਂ ਵੀ ਉਹਨਾਂ ਨੇ ਕਿਹਾ ਸੀ ਵੀ ਹੁਣ ਆਟੋ 'ਚੋਂ ਵੀ ਹਾ ਆਊਗੀ, ਬਹਿਣ ਆਊਗੀ, ਸਾਡਾ ਤਾਂ ਜੀ ਹੁਣ ਬਿਲਕੁਲ ਜੀ ਨਹੀਂ ਕਰਦਾ ਆਟੋ ਵਾਲਿਆਂ 'ਚ, ਤਾਂ ਇਹਨਾਂ 'ਚ ਬਹਿਣ ਵਾਲਿਆਂ ਨਾਲ ਭੇਜਣ। ਅਤੇ ਮੈਂ ਜਦੋਂ ਉੱਥੇ ਸਕੂਲ ਦੇ ਵਿੱਚ ਪਹੁੰਚਿਆ ਅਤੇ ਉੱਥੇ ਮੈਂ ਮੈਡਮ ਨੂੰ ਮਿਲਿਆ, ਮੈਂ ਜੀ ਬੱਚੇ, ਕਹਿੰਦੀ ਵੀ ਤੁਹਾਡੇ ਬੱਚੇ ਅੰਦਰ ਨੇ, ਅਤੇ ਮੈਂ ਜੀ ਮੈਨੂੰ ਮਿਲਾ ਦਿਉ, ਉਹ ਕਹਿੰਦੇ ਵੀ ਅੰਦਰ ਜਾਓ ਅਤੇ ਅੰਦਰ ਮਿਲ ਲਓ। ਮੈਂ ਜਦੋਂ ਬੱਚੇ ਦੇਖੇ ਦੋਨੇ ਬੱਚੇ ਹੈਗੇ ਸੀ, ਬਸ ਇਹਨਾਂ ਦੇ ਆਹ ਸਿਰ ਨੂੰ ਛੇਕ ਆ ਜਾਂ ਕੰਨਾਂ 'ਤੇ ਛੇਕ ਆ। ਜਦੋਂ ਅਸੀਂ ਬੈਨ ਤੋਂ ਅਸੀਂ ਜਦੋਂ ਸਕੂਲ 'ਚ ਚੱਲਣ ਲੱਗੇ ਸੀਗੇ, ਮੈਂ ਸਾਰਿਆਂ ਨੂੰ ਕਿਹਾ ਸੀ ਸਰ ਸਮੈਲ ਆ ਰਹੀ ਹੈ, ਕਿਸੇ ਨੇ ਕੋਈ ਗੱਲ ਨਹੀਂ ਸੁਣੀ, ਥੋੜ੍ਹੀ ਜਿਹੀ ਅੱਗੇ ਗਏ ਆਵਾਜ਼ ਜ਼ਿਆਦਾ ਆਉਣ ਲੱਗ ਗਈ ਬੈਨ ਦੀ, ਇੱਕੋ ਦਮ ਜਦੋਂ ਜ਼ਿਆਦਾ ਆਵਾਜ਼ ਆਉਣ ਲੱਗ ਗਈ, ਸਰ ਦੇਖਣ ਲੱਗ ਗਏ ਵੀ ਤੁਸੀਂ ਬੈਠੇ ਰਹੋ, ਮੈਂ ਦੇਖਦਾ ਗੱਡੀ ਖਰਾਬ ਹੋ ਗਈ। ਉਹ ਸਰ ਦੇ ਦੇਖਦੇ ਦੇਖਦੇ ਜ਼ਿਆਦਾ ਅੱਗ ਲੱਗ ਗਈ, ਫਿਰ ਅਸੀਂ ਮੈਂ ਸਰ ਨੂੰ ਕਿਹਾ, ਮੈਂ ਕਿਹਾ ਸਰ ਸਰ ਨੇ ਵੀ ਕੋਈ ਗੱਲ ਸੁਣੀ, ਸਰ ਉੱਧਰ ਜਿਹੜੇ ਅੱਗੇ ਬੱਚੇ ਬੈਠੇ ਸੀ ਉਹਨਾਂ ਨੂੰ ਦੇਖਣ ਲੱਗ ਗਏ, ਮੈਂ ਸ਼ੀਸ਼ਾ ਭੰਨ ਕੇ ਜਲਦੀ ਜਲਦੀ ਥੋੜ੍ਹਾ ਜਿਹਾ ਸ਼ੀਸ਼ਾ ਭੰਨਿਆ ਗਿਆ, ਉਹਦੇ ਵਿੱਚੋਂ ਮੈਂ ਆਪ ਨਿਕਲੀ, ਫਿਰ 4 ਬੱਚਿਆਂ ਨੂੰ ਮੈਨੇ ਕੱਢਿਆ, ਫਿਰ ਜ਼ਿਆਦਾ ਅੱਗ ਹੋ ਗਈ, ਬਾਕੀਆਂ ਦਾ ਨਹੀਂ ਪਤਾ ਲੱਗਿਆ। ਫਿਰ ਉਹਨਾਂ ਨੂੰ ਮੈਂ ਸਕੂਲ 'ਚ ਲੈ ਕੇ ਆ ਗਈ ਸੀ, ਉਹ ਜ਼ਿਆਦਾ ਘਬਰਾ ਗਏ ਸੀ, ਰੋਣ ਲੱਗ ਗਏ ਸੀਗੇ। ਜੋ ਕਿੰਨੇ ਸਮੇਂ ਦੇ ਵਿੱਚ ਜਿਹੜੀ ਇਹ ਚੱਲ ਰਹੀ ਸੀ ਤੁਹਾਡੇ ਸਕੂਲ? ਇਹ ਤਾਂ ਰਾਤ ਹੀ ਲੈ ਕੇ ਆਏ ਨੇ ਪ੍ਰਿੰਸੀਪਲ ਸਰ, ਅਤੇ ਜਿਹੜੇ ਮਿਊਜ਼ਿਕ ਕਰਾਉਂਦੇ ਨੇ ਉਹ ਸਾਰ ਰਾਤ ਹੀ ਨਵੀਂ ਬੈਨ ਲੈ ਕੇ ਆਏ ਨੇ, ਪਹਿਲਾਂ ਰਾਊਂਡ ਸਾਡੇ ਲਗਾਇਆ ਸੀ ਉਹਨਾਂ ਨੇ। ਜਦੋਂ ਬੈਨ ਨੂੰ ਅੱਗ ਲੱਗੀ ਹੈ ਕਿੰਨਾ ਕੁ ਡਰ ਦਾ ਸਹਿਮ ਦਾ ਮਾਹੌਲ ਬਣਿਆ ਹੋਇਆ ਸੀਗਾ? ਹੋਰ ਤਾਂ ਕੁਛ ਨਹੀਂ ਪਤਾ ਚੱਲ ਰਿਹਾ ਸੀ ਵੀ ਕੀ ਕਰਨਾ ਕੀ ਕਰੀਏ। ਉਹ ਪਤਾ ਨਹੀਂ ਨੀਚੇ ਕੋਈ ਗੱਡੀ ਦੇ ਵਿੱਚ ਚੀਜ਼ ਸੀਗੀ, ਉਹਦੇ ਨਾਲ ਥੋੜ੍ਹਾ ਜਿਹਾ ਸ਼ੀਸ਼ਾ ਭੰਨਿਆ ਗਿਆ, ਉਹਦੇ ਵਿੱਚੋਂ ਅਸਾਂ ਨਿਕਲਿਆਂਗੇ। ਜਿਹੜੇ ਤੁਹਾਡੇ ਡਰਾਈਵਰ ਸੀਗੇ ਇਸ ਬੈਨ ਦੇ, ਉਹ ਤੁਹਾਨੂੰ ਟੀਚ ਵਗੈਰਾ ਵੀ ਕਰਾਉਂਦੇ ਸੀਗੇ? ਹਾਂਜੀ, ਉਹਨਾਂ ਨੂੰ ਵੀ ਥੋੜ੍ਹਾ ਟਾਈਮ ਹੋਇਆ ਲੱਗੇ ਨੂੰ ਸਕੂਲ, ਹਜੇ 10 ਕੁ ਦਿਨ ਹੀ ਹੋਏ ਨੇ। ਕੀ ਕਰਾਉਂਦੇ ਸੀ? ਉਹ ਮਿਊਜ਼ਿਕ ਕਰਾਉਂਦੇ ਨੇ, ਉਹਨਾਂ ਦੀ ਵਾਈਫ ਵੀ ਲੱਗੀ ਹੋਈ ਸੀਗੀ, ਉਹ ਸਾਇੰਸ ਕਰਾਉਂਦੀ ਹੈ। ਅਤੇ ਜਦੋਂ ਬੈਨ ਨੂੰ ਅੱਗ ਲੱਗੀ ਹੈ, ਜਿਹੜੇ ਉਹ ਬੱਚੇ ਸੀਗੇ ਜਲੇ ਸੀਗੇ ਜਾਂ ਤੁਹਾਡੇ ਨਾਲ ਹੋ ਸੀਗੇ, ਬੱਚਿਆਂ ਨੇ ਰੋਇਆ ਕਰਾਇਆ ਆਪਦੇ ਬੱਚਿਆਂ? ਹਾਂਜੀ, ਉਹ ਬਹੁਤ ਰੋਏ ਸੀਗੇ, ਫਿਰ ਇਸ ਕਰਕੇ ਮੈਂ ਉਹਨਾਂ ਨੂੰ ਸਕੂਲ 'ਚ ਲਿਆਈ ਸੀ, ਮੈਮ ਕਹਿੰਦੇ ਸੀ ਵੀ ਉਹਨਾਂ ਨੂੰ ਪਾਣੀ ਪੂਣੀ ਪਿਆਇਆ ਆ ਕੇ ਫਿਰ ਸਕੂਲ 'ਚ ਲਿਆਇਆ ਸੀ, ਬਾਕੀ ਜਿਹੜੇ ਵਿੱਚ ਰਹਿ ਗਏ ਸੀ ਉਹਨਾਂ ਦਾ ਨਹੀਂ ਪਤਾ ਹੈਗਾ। ਕੀ ਮਾਣ ਮਹਿਸੂਸ ਕਰਦੇ ਹੋ ਤੁਸੀਂ ਬੱਚਿਆਂ ਦੀ ਜਾਨ ਬਚਾਈ? ਹਾਂਜੀ। ਕੀ ਤੁਹਾਨੂੰ ਲੱਗ ਰਿਹਾ ਸੀ ਵੀ 4 ਬੱਚਿਆਂ ਤੁਸੀਂ ਜ਼ਿੰਦਗੀ ਬਚਾ ਲਈ, ਹੋਰ ਬੱਚਿਆਂ ਨੂੰ ਵੀ ਬਚਾਉਣ ਦੀ ਕੋਸ਼ਿਸ਼ ਕੀਤੀ? ਮੈਂ ਕੀਤੀ ਸੀਗੀ ਬਹੁਤ, ਪਰ ਉਹ ਜਦੋਂ ਜ਼ਿਆਦਾ ਉਹ ਹੋ ਗਿਆ ਫਿਰ ਕੁਛ ਨਹੀਂ ਪਤਾ ਚੱਲਿਆ ਹੈਗਾ ਗਾ। ਇਸ ਚੀਜ਼ ਦਾ ਸਾਨੂੰ ਵੀ ਮਾਣ ਬਹੁਤ ਹੈ ਜੀ, ਨਕਲ ਤਾਂ ਕੁੜੀਆਂ ਧੀਆਂ ਨੂੰ ਪੜ੍ਹਾਉਣਾ ਲਿਖਾਉਣਾ ਤਾਂ ਬਹੁਤ ਜ਼ਰੂਰੀ ਚਾਹੀਦਾ ਜੀ। ਵੈਸੇ ਡਰਾਈਵਰ ਦੀ ਵੀ ਬਹੁਤ ਗਲਤੀ ਹੈ, ਜਦੋਂ ਕੁੜੀ ਨੇ ਦੱਸਤਾ ਬਸ ਸਮੈਲ ਆਉਂਦੀ ਵੀ ਇਹ ਖੜਾਕ ਆ ਗਿਆ, ਗੱਡੀ ਦੇਖਣੀ ਚਾਹੀਦੀ ਸੀ, ਪ੍ਰਿੰਸੀਪਲ ਨੂੰ ਵੀ ਦੇਖਣਾ ਚਾਹੀਦਾ ਸੀ ਆਪਣੇ ਆਪ, ਫਿਰ ਉਹਨੇ ਗੌਰ ਨਹੀਂ ਕਰੀ, ਗੌਰ ਕਰਕੇ ਕੰਮ ਖਰਾਬ ਹੋ ਗਿਆ ਜੀ। ਬੱਚਿਆਂ ਨੇ ਜੀ, ਉਸ ਤੋਂ ਬਾਅਦ ਜਿਹੜੇ 4 ਨੇ ਉਹ ਤਾਂ ਜ਼ਿਆਦਾ ਅੱਗ ਲੱਗ ਗਈ, ਉਹ ਵਿੱਚ ਹੀ ਮੱਚ ਗਏ ਜੀ ਉਹਨਾਂ ਦੇ। ਕਿੰਨਾ ਕੁ ਮਾਣ ਮਹਿਸੂਸ ਕਰਦੇ? ਬਹੁਤ ਮਾਣ ਜੀ ਇਸ ਤੀਏ 'ਤੇ ਸਾਨੂੰ। ਹੋਰ ਲੋਕਾਂ ਨੂੰ ਕੀ ਸੰਦੇਸ਼ ਦੇਣਾ ਚਾਹੁੰਦੇ ਜਿਹੜੇ ਲੜਕੀਆਂ ਨੂੰ ਤੋਂ ਡਰਦੇ ਨੇ? ਉਹ ਤਾਂ ਵੈਸੇ ਹੈ ਤਾਂ ਪਾਪ ਹੀ ਹੈ ਜਿਹੜਾ ਕੁੱਖਾਂ ਦੇ ਵਿੱਚ ਕਰਦੇ ਨੇ ਪੇ ਕੰਮ। ਸੇਧ ਲੈਣੀ ਚਾਹੀਦੀ ਹੈ ਇਸ ਮੀਡੀਆ ਤੋਂ ਲੋਕਾਂ ਨੂੰ? ਹਾਂਜੀ, ਸਹਿਤ ਤਾਂ ਲੈਣੀ ਚਾਹੀਦੀ। ਵੈਸੇ ਸਾਨੂੰ ਵੀ ਸਾਡੇ ਜਵਾਕਾਂ ਨਾਲ ਇਹ ਕੁਛ ਹੋਊਗਾ, ਸਵੇਰੇ ਐਂ ਵੀ ਉਹਨਾਂ ਨੇ ਕਿਹਾ ਸੀ ਵੀ ਹੁਣ ਆਟੋ 'ਚੋਂ ਵੀ ਹਾ ਆਊਗੀ, ਬਹਿਣ ਆਊਗੀ। ਹੁਣ ਤੁਹਾਡਾ ਕਿਹੋ ਜਿਹਾ ਦਿਲ ਕਰਦਾ ਵੀ ਦੁਬਾਰਾ ਸਕੂਲ ਭੇਜਣ ਨੂੰ? ਬੱਚਿਆਂ ਨੂੰ ਕਿੰਨਾ ਕੁ ਡਰ ਦਾ ਮਾਹੌਲ ਬਣਾਇਆ, ਕਿੱਦਾਂ ਕੁ ਸਹਿਮ? ਸਾਡਾ ਤਾਂ ਜੀ ਹੁਣ ਬਿਲਕੁਲ ਜੀ ਨਹੀਂ ਕਰਦਾ ਆਟੋ ਵਾਲਿਆਂ 'ਚ, ਤਾਂ ਇਹਨਾਂ 'ਚ ਬਹਿਣ ਵਾਲਿਆਂ ਨਾਲ ਭੇਜਣ। ਫੋਨ ਆਇਆ ਜੀ ਉਦੋਂ ਵੀ ਅੱਗ ਗੱਡੀ ਦੇ ਵਿੱਚ ਅੱਗ ਚੱਲ ਰਹੀ ਸੀ ਜੀ, ਮੈਂ ਕੋਲ ਦੀ ਲੰਘਿਆ ਦੇਖ ਕੇ, ਅਤੇ ਮੈਥੋਂ ਇੱਕ ਕਰਮ ਵੀ ਗਾਹਾਂ ਨਹੀਂ ਟੱਪਿਆ ਗਿਆ ਜਦੋਂ ਉਹ ਕਿਹਾ ਵੀ ਬਾਜੀ ਮੇਰਾ ਰੂਟ ਹੈ ਬੈਨ ਦੇ ਵਿੱਚ। ਅਤੇ ਮੈਂ ਜਦੋਂ ਉੱਥੇ ਸਕੂਲ ਦੇ ਵਿੱਚ ਪਹੁੰਚਿਆ ਅਤੇ ਉੱਥੇ ਮੈਂ ਮੈਡਮ ਨੂੰ ਮਿਲਿਆ, ਮੈਂ ਜੀ ਬੱਚੇ, ਕਹਿੰਦੀ ਵੀ ਤੁਹਾਡੇ ਬੱਚੇ ਅੰਦਰ ਨੇ, ਅਤੇ ਮੈਂ ਜੀ ਮੈਨੂੰ ਮਿਲਾ ਦਿਉ, ਉਹ ਕਹਿੰਦੇ ਵੀ ਅੰਦਰ ਜਾਓ ਅਤੇ ਅੰਦਰ ਮਿਲ ਲਓ। ਮੈਂ ਜਦੋਂ ਬੱਚੇ ਦੇਖੇ ਦੋਨੇ ਬੱਚੇ ਹੈਗੇ ਸੀ, ਬਸ ਇਹਨਾਂ ਦੇ ਆਹ ਸਿਰ ਨੂੰ ਛੇਕ ਆ ਜਾਂ ਕੰਨਾਂ 'ਤੇ ਛੇਕ ਆ, ਅਤੇ ਬਾਕੀ ਜੀ ਉੱਥੇ ਮੈਂ ਪਰ ਵਾਪਸ ਆ ਗਿਆ ਸੀ ਲੈ ਕੇ ਇਹਨਾਂ ਨੂੰ। ਅਤੇ ਹਾਂਜੀ, ਦੋਵੇਂ ਬੱਚੇ, ਇੱਕ ਗੁੜੀ ਆ ਜੀ ਇੱਕ ਬੇਟਾ ਜੀ। ਕਿਹੋ ਜਿਹਾ ਜਦੋਂ ਤੁਹਾਨੂੰ ਜਿਹੜਾ ਦੇਖਿਆ ਕਿਸੇ ਨਾਲ ਡਰ ਦਾ ਮਾਹੌਲ? ਬਹੁਤ ਜ਼ਿਆਦਾ ਜੀ, ਮੈਨੂੰ ਆਪਦੇ ਆਪ ਤੋਂ ਤੁਰਿਆ ਨਹੀਂ ਗਿਆ ਜਦੋਂ ਮੈਨੂੰ ਦੇਖ ਕਿਸੇ ਉੱਥੇ ਪਤਾ ਲੱਗਿਆ ਵੀ ਇਹ ਬੈਨ ਨਵੀਂ ਆਈ ਸੀ ਵੀ ਬਾਜਵੇਂ ਵਾਲਾ ਰੂਟ 'ਤੇ, ਕਿਉਂਕਿ ਇਹ ਰੂਟ ਦੇ ਵਿੱਚ ਮੇਰੇ ਬੱਚੇ ਦੋ ਹੀ ਆਉਂਦੇ ਸੀ, ਅਤੇ ਮੈਥੋਂ ਇੱਕ ਕਾਰਨ ਮੈਂ ਇਕੱਲੀ ਗਿਆ।
ਅਚਾਨਕ ਕਿਹਦੀ ਗਲਤੀ ਮੰਨਦੇ? ਇਹ ਗਲਤੀ ਵਿੱਚ ਹੀ ਸਰ ਦੀ ਆ ਗਈ ਜੀ, ਵਿੱਚ ਹੀ ਮੇਨ ਗੱਲ ਆ ਗਈ ਡਰਾਈਵਰ ਦੀ। ਪਹਿਲਾਂ ਡਰਾਈਵਰ ਨੂੰ ਵੀ ਦੇਖਣਾ ਚਾਹੀਦਾ ਆਪਾਂ ਨੂੰ ਵੀ ਜਦੋਂ ਬੱਚੇ ਵਿੱਚ ਗੁੜੀ ਆ ਜਿਹੜੀ ਉਹ ਕਹਿ ਰਹੀ ਆ ਵੀ ਅੰਕਲ ਜੀ ਮੁਸਕ ਆ ਰਹੀ ਹੈ ਗੱਡੀ 'ਚੋਂ, ਆਪਾਂ ਖੜਾ ਕੇ ਦੇਖ ਸਕਦੇ ਹਾਂ, ਉਹਦਾ ਦੇਖਣ ਦਾ ਫਰਜ਼ ਬਣ ਦਿੱਤੀ। ਉਹਨੇ ਨਹੀਂ ਖਿਆਲ ਕਰਿਆ, ਫਿਰ ਵੀ ਜਦੋਂ ਆਖਰ ਨੂੰ ਧੂੰਆਂ ਨਿਕਲਿਆ ਉਦੋਂ ਖਿਆਲ ਕਰਿਆ ਉਹਨੇ, ਅਣਗਹਿਲੀ ਜਮਾਂ ਅਣਗਹਿਲੀ। ਪ੍ਰਸ਼ਾਸਨ ਨੂੰ ਕੀ ਕਹਿਣਾ ਚਾਹੁੰਦੇ ਵੀ ਇਹ ਤਾਂ ਇਹਨਾਂ ਦਾ ਕੋਈ ਫੈਸਲਾ ਹੋਣਾ ਚਾਹੀਦਾ, ਕਿੰਨੀ ਸਜ਼ਾ ਹੋਣੀ ਚਾਹੀਦੀ, ਕਾਰਵਾਈ ਵੱਧ ਤੋਂ ਵੱਧ ਹੋਣੀ ਚਾਹੀਦੀ। ਮੈਂ ਸਰ ਨੂੰ ਇਹ ਗੱਲ ਵੀ ਕਹੀ ਤੀ ਜਦੋਂ ਦੇ ਮੇਰੇ ਬੱਚੇ ਲੱਗੇ ਨੇ, ਅਤੇ ਮੈਂ ਜੀ ਬੈਨ ਦਾ ਇੰਤਜ਼ਾਮ ਕਰ ਲਓ ਵੀ ਤੁਹਾਨੂੰ ਦੋ ਬੱਚੇ ਅਸੀਂ ਹੋਰ ਵੀ ਦੇਵਾਂਗੇ। ਮੈਨੂੰ ਬਹੁਤ ਵਾਰੀ ਕਹਿਤਾ ਤੀ, ਬਹੁਤ ਵਾਰੀ, ਮੈਂ ਨਹੀਂ ਮੈਂ ਹਟਾਊਂਗਾ ਵੀ ਮੇਰਾ ਸਰਟੀਫਿਕੇਟ ਕੱਟ ਕੇ ਦੇ ਦਿਓ ਬੱਚੇ ਦਾ। ਉਹ ਕਹਿੰਦਾ ਕੋਈ ਨਾ ਵੀ ਦਲਜੀਤ ਆਪਾਂ ਬੈਨ ਵਧੀਆ ਲਿਆਵਾਂਗੇ ਕਹਿਣ ਦੇ ਭਾਵ ਨਾਲ, ਅਤੇ ਉਹਨੇ ਆਟੋ ਲਾ ਤਾ ਆਪਣੇ ਬੱਚਿਆਂ ਵਾਸਤੇ। ਆਟੋ ਆਉਂਦਾ ਸੀ, ਆਟੋ ਜਾਂਦਾ ਸੀ ਜੀ, ਆਟੋ ਵੀ ਸਹੀ ਟਾਈਮ 'ਤੇ ਨਹੀਂ ਆਉਂਦਾ ਸੀ, ਜੇ ਸਕੂਲ ਦਾ ਟਾਈਮ 9 ਵਜੇ ਤਾਂ ਆਟੋ 10 ਵਜੇ ਆਉਂਦਾ ਸੀ। ਉਹਨੂੰ ਮੈਂ ਵਾਰ ਵਾਰ ਕਹਿੰਦੀ ਯਾਰ ਬਈ ਬਣ ਕੇ ਯਾਰ, ਤੇ ਇਹਦਾ ਕੋਈ ਟਾਈਮ ਤਾਂ ਹੈ ਨਹੀਂ, 2 ਵਜੇ ਮੈਂ ਤੂੰ ਬੱਚੇ ਛੱਡ ਜਾਂਦਾ, 10 ਵਜੇ ਸਾਡੇ ਬੱਚੇ ਤੂੰ ਲੈਣ ਜਾਂਦਾ, ਕਦੇ 10:15 ਆਉਂਦੀ। ਬਸ ਉਹ ਐਂ ਕਹਿੰਦੀ ਕੋਈ ਨਾ ਬਈਆ ਯਾਰ ਅਸੀਂ ਲਵਾਂਗੇ, ਅਤੇ ਉਹ ਪਤਾ ਨਹੀਂ ਕਹੀ ਜੀ ਲਿਆਂਦੀ ਕਹੀ ਜੀ ਨਾ, ਉਹ ਤੁਹਾਡੇ ਸਾਹਮਣੇ ਤੀ ਦੇਖੋ। ਉਹ ਜਿਹੜੇ 4 ਬੱਚੇ ਸ਼ਹੀਦ ਹੋ ਚੁੱਕੇ, ਪਰ ਇਹਨਾਂ ਦਾ ਬਹੁਤ ਮਹਿਸੂਸ ਹੈ ਸਾਨੂੰ, ਬਹੁਤ ਸਾਡੇ ਕੱਲ੍ਹ ਦੀ ਰੋਟੀ ਨਹੀਂ ਪੱਕੀ। ਅੱਜ ਜਿਹੜੀ ਆਹ ਲੜਕੀ ਨੇ ਸਾਡੀ ਬੱਚੀ ਨੇ ਅਮਨਦੀਪ ਕੌਰ ਨੇ 4 ਬੱਚੇ ਮਸਜਿਦ ਅੱਗ 'ਚੋਂ ਖਿੱਚ ਕੇ ਬਾਹਰ ਕੱਢੇ, ਪਹਿਲਾਂ ਆਪ ਚੀਛਾ ਭੰਨ ਕੇ ਬਾਹਰ ਲਿਖ ਲਈ। ਇਸ ਲੜਕੀ 'ਤੇ ਸਾਨੂੰ ਬਹੁਤ ਮਾਣ ਹੈ, ਪਰ ਜਿਹੜੇ ਅੱਜ ਲੋਕ ਧੀਆਂ ਦਾ ਕਤਲ ਕੁੱਖਾਂ ਦੇ ਵਿੱਚ ਕਰਾ ਰਹੇ ਨੇ, ਸਾਨੂੰ ਉਹਨਾਂ 'ਤੇ ਬਹੁਤ ਮਹਿਸੂਸ ਹੈ, ਉਹਨਾਂ 'ਤੇ ਬਹੁਤ ਰੋਸ ਹੈ। ਇਹ ਚਾਹੀਦਾ ਨਹੀਂ, ਇਹ ਧੀ ਨੇ ਸਾਡੀ ਨੇ ਅਮਨਦੀਪ ਕੌਰ ਬੱਚੀ ਨੇ ਬਹੁਤ ਕੁਰਬਾਨੀ ਦਿੱਤੀ। ਆਚੀ ਦਾ ਵੀ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਅਸੀਂ, ਜਿਹਨੇ 4 ਬੱਚੇ ਦੀ ਜਾਨ ਬਚਾਈ। ਇਹ ਤਾਂ ਸਰਕਾਰ ਵੱਲੋਂ ਹੀ ਬਹੁਤ ਮਾਣ ਹੋਣਾ ਚਾਹੀਦਾ। ਇਸ ਗੱਲ ਨੂੰ ਅਸੀਂ ਚਾਹੁੰਦੇ ਹਾਂ ਵੀ ਜਿਹੜੀਆਂ ਬੱਚੀਆਂ ਸਾਡੇ ਹੋਰ ਵੀ ਪੈਦਾ ਹੋਣੀਆਂ ਚਾਹੀਦੀਆਂ ਨੇ। ਸੰਗਰੂਰ ਦੇ ਕਿਸੇ ਪ੍ਰਸ਼ਾਸਨ ਨੇ ਜਾਂ ਹੋਰ ਨੇ ਇਸ ਬੱਚੀ ਨੂੰ ਕੋਈ ਕਿਸੇ ਤਰ੍ਹਾਂ ਦਿਲਾਸਾ ਦਿੱਤਾ ਜਾਂ ਕੋਈ ਮਾਣ ਸਨਮਾਨ ਗੱਲ ਕਰ? ਹਜੇ ਕੋਈ ਕਿਸੇ ਨੇ ਦਿੱਤਾ ਜੀ, ਇਹ ਕੱਲ੍ਹ 2:15 ਵਜੇ ਦੀ ਗੱਲ ਹੈ ਜੀ, ਜਦੋਂ ਸਾਡੇ ਕੋਲ ਸੁਨੇਹਾ ਆਇਆ ਸਾਡਾ ਇਸ ਬੱਚੀ ਦਾ ਘਰ ਇਹਦਾ ਛਤਨਾਮ ਦਾ ਮੇਰੇ ਨਾਲ ਹੈ, ਮੈਂ ਪੰਚਾਇਤ ਨੂੰ ਅਸੀਂ ਸਨਮਾਨ ਵੱਡੇ ਪੱਧਰ, ਹਾਂ ਬਹੁਤ ਵੱਡੇ ਪੱਧਰ 'ਤੇ ਹੋਣਾ ਚਾਹੀਦਾ ਜੀ, ਜਦੋਂ ਆਉਣ ਵਾਲੇ ਸਮੇਂ 'ਚ ਜਿਹੜੀਆਂ ਕੁੜੀਆਂ ਨੇ ਪੜ੍ਹ ਲਿਖ ਕੇ ਅੱਗੇ, ਹਾਂ ਜੀ ਹਾਂ ਅੱਗੇ ਜਾਣ। ਮਤਲਬ ਜਦੋਂ ਸਾਨੂੰ ਪਤਾ ਲੱਗਿਆ, ਮੈਂ ਘਰੋਂ ਬਾਹਰ ਨਿਕਲਿਆ, ਮੇਰਾ ਬੇਟਾ ਕਹਿੰਦਾ ਜੀ ਮੈਂ ਪਹਿਲਾਂ ਪਤਾ ਲੈਂਦਾ, ਕਹਿੰਦੇ ਸਕੂਲ ਨੂੰ ਅੱਗ ਲੱਗ ਗਈ, ਬਾਅਦ ਸਾਡੇ ਲਈ ਫੋਨ ਆ ਗਿਆ ਘਰੇ ਕਹਿੰਦੇ ਵੀ ਬੈਂਡ ਨੂੰ ਅੱਗ ਲੱਗ ਗਈ, ਬੱਚੇ ਆਪਣੇ ਅੱਖ ਆਪਣੇ ਘਰਾਂ ਦੀ। ਅਤੇ ਉਸ ਟਾਈਮ 'ਤੇ ਮੈਂ ਵੀ ਮੋਟਰਸਾਈਕਲ ਕੱਢਿਆ, ਬਹੁਤ ਜਾ ਕੇ ਸਪੀਡ 'ਤੇ ਜਾ ਕੇ ਛੱਡਿਆ, ਫਿਰ ਜਾ ਕੇ ਉੱਥੇ ਪਹੁੰਚਿਆ, ਫਿਰ ਜਦ ਆਪਣੇ ਘਰਾਂ ਦੀ ਸ਼ਹੀਦ ਹੋ ਗਏ। ਅਤੇ ਨਾਂ 'ਤੇ ਪਿੰਡੀ ਅਮਰ ਸਿੰਘ ਵਾਲੀ ਦੇ ਨਾਂ 'ਤੇ ਵਾਸੀ, ਜੋ ਬੱਚਿਆਂ ਦੀ ਹਾਲਤ ਮੈਂ ਦੇਖੀ ਹੈ ਬਹੁਤ ਮਨ ਦੁਖੀ ਹੈ, ਬਹੁਤ ਘਾਟਾ ਪੈ ਗਿਆ ਜਿਹੜਾ ਸਾਨੂੰ ਪੂਰਾ ਹੋਣ ਵਾਲਾ ਨਹੀਂ ਹੈਗਾ। 4 ਬੱਚਿਆਂ ਦੀ ਮੌਤ ਹੋਈ ਹੈ, ਸਾਡੇ ਖੂਨ 'ਚੋਂ ਬੱਚੇ ਨੇ, ਅਤੇ ਜੋ ਇਹ ਗੁੱਡੀ ਨੇ ਕੱਢੇ ਨੇ ਬੱਚੇ, ਇਹ ਕੁੱਲ ਬੈਨ ਦੇ ਵਿੱਚ 12 ਬੱਚੇ ਸੀਗੇ, 4 ਬੱਚੇ ਗੁੱਡੀ ਨੇ ਕੱਢੇ ਨੇ, 4 ਬੱਚੇ ਕਿਸੇ ਹੋਰ ਬੰਦੇ ਨੇ ਕੱਢੇ ਨੇ, 8 ਬੱਚੇ ਬਚੇ ਨੇ ਜੀ, 4 ਬੱਚੇ ਸ਼ਹੀਦ ਹੋ ਗਏ ਦੇ ਵਿੱਚ। ਸਾਨੂੰ ਇਹ ਗੁੱਡੀ 'ਤੇ ਮਾਣ ਹੈ, ਇਹਦਾ ਸਰਕਾਰ ਵੱਲੋਂ ਮਾਣ ਤਾਣ ਹੋਣਾ ਚਾਹੀਦਾ ਸਰ, ਜੋ ਬਣਦੀ ਆ ਇਹਦੀ ਸਹਾਇਤਾ ਇਹਦੀ ਬਣਨੀ ਚਾਹੀਦੀ ਹੈ ਜੀ। ਖਾਸਾ ਤੇ ਜੀ ਸਾਡੇ ਏਰੀਏ 'ਚ ਪਹਿਲੀ ਵਾਰੀ ਗੁਜ਼ਰਿਆ, ਅਸੀਂ ਆਸਾ ਇਹੋ ਜਿਹਾ ਕਿਤੇ ਨਹੀਂ ਦੇਖਿਆ ਹੈਗਾ, ਅਤੇ ਸਭ ਤੋਂ ਵੱਡੀ ਅਣਗਹਿਲੀ ਪ੍ਰਸ਼ਾਸਨ ਦੀ ਆ। ਇੱਕ 15-20 ਹਜ਼ਾਰ ਦੀ ਬੈਨ ਲਿਆ ਕੇ ਬੰਦਾ ਛੋਟੇ ਛੋਟੇ ਜਵਾਕਾਂ ਨੂੰ ਵਿੱਚ ਬਿਠਾਉਂਦਾ, ਉਹਦੇ ਕੋਈ ਦੇਖਿਆ ਨਹੀਂ, 800 ਦਾ ਪੈਟਰੋਲ ਪਵਾਇਆ ਉਹਨੇ ਪਾਤੜਾਂ ਤੋਂ ਖਰੀਦੀ ਆ, ਅਤੇ ਕਿਸੇ ਨੇ ਕੁਛ ਦੇਖਿਆ ਨਹੀਂ। ਕੀ ਲੱਗਦਾ ਜੇ ਪ੍ਰਸ਼ਾਸਨ ਇਹਦੀ ਜਾਂਚ ਪੜਤਾਲ ਕਰੇ ਸਕੂਲਾਂ ਦੀਆਂ ਬੈਨਾਂ ਦੀ, ਤਾਂ ਇਹੋ ਜਿਹੇ ਹਾਦਸੇ ਰੁਕ ਸਕਦੇ ਨੇ? ਹਾਂ ਰੁਕ ਸਕਦੇ ਨੇ ਜੀ, ਜੇ ਸਮੇਂ ਸਿਰ ਪੜਤਾਲ ਕਰੇ ਤਾਂ ਰੁਕ ਸਕਦੇ ਨੇ। ਕੀ ਮੰਗ ਕਰਦੇ ਹੋ ਤੁਸੀਂ ਪ੍ਰਸ਼ਾਸਨ ਤੋਂ? ਪ੍ਰਸ਼ਾਸਨ ਤੋਂ ਕਰਦੇ ਹਾਂ ਵੀ ਵੱਧ ਤੋਂ ਵੱਧ ਇਹਨਾਂ ਨੂੰ ਮੁਆਵਜ਼ਾ ਦੇਵੇ ਜੀ, ਵਾਸਤੇ ਪ੍ਰਸ਼ਾਸਨ ਤੋਂ ਮੰਗ ਕਰਦੇ ਨੇ, ਉਹਨੂੰ ਵੀ ਮੁਆਵਜ਼ਾ ਮਿਲੇ ਵਿਚਾਰੀ ਨੂੰ, ਉਹਨੂੰ ਵੀ ਦੇਵੇ, ਉਹਨੇ ਉਹਦਾ ਬਹੁਤ ਵੱਡਾ ਹੌਂਸਲਾ ਜੀ, ਜਿਹਨੇ 4 ਬੱਚੇ ਕੱਢੇ ਨੇ, ਉਹਨੇ ਆਪਦੀ ਦਾਅ 'ਤੇ ਆਪਦੀ ਜ਼ਿੰਦਗੀ ਦਾਅ 'ਤੇ ਲਾ ਕੇ ਉਹਨੇ 4 ਬੱਚੇ ਕੱਢੇ ਨੇ, ਉਹਦੀ ਬਹੁਤ ਵੱਡੀ ਬਹਾਦਰੀ ਹੈ ਜੀ, ਉਹਨੂੰ ਵੀ ਸਨਮਾਨਿਤ ਕਰਨਾ ਚਾਹੀਦਾ, ਸਰਕਾਰ ਨੂੰ ਉਹਨੂੰ ਮੁਆਵਜ਼ਾ ਵੀ ਦੇਣਾ ਚਾਹੀਦਾ ਜੀ, ਉਹਨਾਂ ਨੂੰ ਕਾਰਵਾਈ ਕਰਨੀ ਚਾਹੀਦੀ ਹੈ ਜੀ, ਬਿਲਕੁਲ ਬੰਦ ਕਰਨੇ ਚਾਹੀਦੇ ਨੇ ਸਕੂਲਾਂ 'ਚੋਂ, ਸਾਰੇ ਸਕੂਲਾਂ 'ਚ ਚੈਕਿੰਗ ਕਰਨੀ ਚਾਹੀਦੀ ਹੈ ਇਹਨਾਂ ਨੂੰ। ਇਹ ਤਾਂ ਪ੍ਰਸ਼ਾਸਨ ਤਾਂ ਉੱਦੇ ਆਉਂਦਾ ਜਦੋਂ ਕੋਈ ਹਾਦਸਾ ਹੋ ਜਾਂਦਾ, ਉਹ ਤੋਂ ਪਹਿਲਾਂ ਕੋਈ ਪੜਤਾਲ ਨਹੀਂ ਕਰਦਾ ਜੇ, ਕੋਈ ਪੁੱਛਦਾ ਨਹੀਂ, ਕੁਛ ਸਟਿੱਕਰ ਲੱਗੇ ਨੇ ਚਲਾਣ ਦਾ ਕੱਟਣ ਨੂੰ ਮਿੰਟ ਲਾਉਂਦੇ ਨੇ ਜੀ ਇਹ ਰੋਡਾਂ 'ਤੇ, ਪਰ ਜਿੱਥੇ ਕੋਈ ਕਾਰਵਾਈ ਕਰਨੀ ਉੱਥੇ ਨਹੀਂ ਕਰਦੇ। ਪੰਡਿਤ ਕਾਸ਼ੀਰਾਮ ਜੀ, ਹਰ ਸਮੱਸਿਆ ਦਾ ਸਮਾਧਾਨ ਘਰ ਬੈਠੇ ਕਰਵਾਓ, ਮਨਚਾਇਆ ਕੰਮ, ਕਾਰੋਬਾਰ ਵਿੱਚ ਰੁਕਾਵਟ, ਵਸ਼ੀਕਰਨ ਕਰਵਾਉਣਾ ਜਾਂ ਤੁੜਵਾਉਣਾ, ਲਵ ਮੈਰਿਜ ਕਿੱਤਾ ਕਰਵਾਇਆ, ਸੰਤਾਨਹੀਨਤਾ, ਸੱਸ ਨੂੰ ਅਤੇ ਪਤੀ ਪਤਨੀ 'ਚ ਅਨਬਨ, ਗੁਪਤ ਰੋਗ, ਕੋਰਟ ਕੇਸ, ਤਲਾਕ ਕਰਵਾਉਣਾ ਜਾਂ ਨਾ ਕਰਵਾਉਣਾ।
ਖੋ ਚੁੱਕਾ ਪਿਆਰ, ਪਿਆਰ ਵਿੱਚ ਧੋਖਾ, ਗੁਪਤ ਰੋਗ ਤੋਂ ਪਰੇਸ਼ਾਨ, ਸੋਤਨ ਜਾਂ ਦੁਸ਼ਮਣ ਤੋਂ ਛੁਟਕਾਰਾ, ਹਰ ਸਮੱਸਿਆ ਦਾ ਘਰ ਬੈਠੇ ਸਮਾਧਾਨ ਕਰਵਾਓ। ਪੰਡਿਤ ਕਾਸ਼ੀ ਰਾਮ ਜੀ, ਅੱਜ ਹੀ ਫੋਨ ਕਰੋ